भावनी अरे काग दे
सजाए तिना कानी पीड़िते कानी पीड़िते पापी कर्म कमाव दे पापी कर्म कमाव दे कर दे हाय हाय कहानी पीड़ते कर दे हाय हाय नानक जो मथन मधानिया कहानी पीड़ते आज वाला बाबा कबीर जी का ये श्लोक बड़ा गहराई नाल समझन वाला है शब्दावली खास करके हुन पीड़ते लफज दे तीन हिस्से ने पीड़ा दर्द दुख जिसनु असी पीड़ा आखदे हां पीड़त उस पीड़ नू चलन वाला जिस नाल पीड़ा वापर रही है उसनू कहंदे ने ए पीड़त है ते पीड़ते जेड़ा पीड़िया जा रहा है असी इन्हां तिन्ना लफ्जां नू जरा चंगी तरह विचारना है पीड़न लई जिस विच्चों पीड़ा पैदा हुंदी है पीड़न विच्चों पीड़ा पैदा हुंदी है इसे लई बाबा फरीद दा एक श्लोक हुणे पढ़िया सी नाल आया सी कहन लगे सजाए सजा दा मतलब ही होई जिंदे नाल पीड़ा होवे ते उंदे विच जिन्हां नूं सजा मिल रही है पीड़े जा रहे ने उन्हां दा नाम ही आ दिता बाबा फरीद ने कहन लगे कपाह वेली जा रही है वह भी पीड़ी है कपाह कोलों पुछ क्यों वेली जा रही है तिलां कोलों पुछ क्यों पीड़े जा रहे ने कोलू विच ये सिर दिए तला कमाद गन्ने ओ भी वेलने में पीड़े जा रहे ने गुरबाणी नू दी गहराइयां नू समझन लई बड़ा एकाग्र होना पड़ेगा कमाद जेड़ा है ओ भी पीड़िया जा रहा है कागज जदो बनता है वह भी वेलिया जा रहा है ये सारिया नू सजा मिल रही कमादे और कागदे कुन्ने कोयलिया कुन्ना भाव तौड़ी जेड़ी अग ते रखी हुई है रोज ही रखी रही ओनू भी पीड़ा है ते कोयले जड़े ने पहला अग तो सड़के लकड़ कोले बने ते कोले नू फिर दोबारा जलाया गया
ਕੋਲਿਆਂ ਦੀ ਅੱਗ ਫਿਰ ਬਾਬਾ ਫਰੀਦ ਨੇ ਆਖਿਆ ਦੇਖ ਕਮਾਦੇ ਅਰ ਕਾਗਦੇ ਕੁੰਨੇ ਕੋਇਲਿਆਂ ਕਹਿਣ ਲੱਗੇ ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤਿੰਨ ਦੇਖਣਾ ਹੈ ਇਹਨਾਂ ਨੂੰ ਇਹ ਪੀੜਾ ਕਿਉਂ ਹੈ ਇਹ ਪੀੜਿਤ ਨੇ ਪੀੜੇ ਜਾ ਰਹੇ ਨੇ ਕਿਸੇ ਪੀੜਾ ਵਿੱਚ ਹੁਣ ਦੇਖਣਾ ਇਹ ਹੈ ਕਿ ਪੀੜਨ ਲਈ ਘੱਟੋ ਘੱਟ ਦੋ ਚਾਹੀਦੇ ਨੇ ਪੀੜਨ ਲਈ ਵੇਲਣੇ ਦੋ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਗੰਨਾ ਪੀੜਿਆ ਜਾਂਦਾ ਜਿਨ੍ਹਾਂ ਨੇ ਵੇਲਣੇ ਅਤੇ ਗੰਨੇ ਨੂੰ ਪੀੜਿਆ ਜਾਣਾ ਵੇਖਿਆ ਹੈ ਉਹਨਾਂ ਨੂੰ ਪਤਾ ਹੁੰਦਾ ਵੇਲਣੇ ਦੋ ਹੁੰਦੇ ਨੇ ਉਹਦੇ ਵਿੱਚੋਂ ਗੰਨਾ ਲੰਘਾਇਆ ਜਾਂਦਾ ਪੀੜਿਆ ਜਾਂਦਾ ਹੈ ਬਲਕਿ ਦੋ ਚੀਜ਼ਾਂ ਦਾ ਸੰਬੰਧ ਪੀੜਨ ਨਾਲ ਜਾਂ ਪੀਸਣ ਵਾਲ ਨਾਲ ਇੱਕੋ ਜਿਹਾ ਹੈ ਇਸੇ ਲਈ ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ ਦੋਏ ਪੁੜ ਚੱਕੀ ਜੋੜ ਕੇ ਮੈਨੂੰ ਸੁਭਾਅ ਜਿਹੜਾ ਆਪਾਂ ਸਬਜੈਕਟ ਲਈਏ ਉਹਨੂੰ ਚੰਗੀ ਤਰ੍ਹਾਂ ਸਮਝੀਏ ਇਸੇ ਲਈ ਇੱਥੇ ਵੀ ਦੋ ਲਫ਼ਜ਼ ਵਰਤੇ ਇੱਕ ਪੁੜ ਹੁੰਦਾ ਦਾਣੇ ਪੀਸੇ ਨਹੀਂ ਜਾ ਸਕਦੇ ਦੋ ਪੁੜਾਂ ਦੇ ਦਰਮਿਆਨ ਵਿੱਚ ਦਾਣਾ ਆਉਂਦਾ ਤਾਂ ਪੀਸਿਆ ਜਾਂਦਾ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬੈਠ ਇੱਥੇ ਵੀ ਦੋ ਹੈ ਤੇ ਸਤਿਗੁਰੂ ਨੇ ਬਾਣੀ ਵਿੱਚ ਆਖਿਆ ਜਿਹਨੂੰ ਵੀ ਪੀੜਿਆ ਜਾਣਾ ਹੈ ਉਹਨੂੰ ਪੀਸਣ ਲਈ ਦੋ ਜੀਵ ਵੀ ਪੀੜਿਆ ਜਾ ਰਿਹਾ ਹੈ ਕਿਉਂਕਿ ਸਵਾਲ ਤਾਂ ਜੀਵ 'ਤੇ ਹੈ ਇਹਦੇ ਲਈ ਵੀ ਦੋ ਚੀਜ਼ਾਂ ਨੇ ਜੇ ਦੋ ਨਾ ਹੁੰਦੀਆਂ ਇਹ ਪੀੜਿਆ ਨਾ ਜਾਂਦਾ ਇਹ ਆਪਣੇ ਜੀਵਨ ਵਿੱਚ ਝਾਤ ਮਾਰੇ ਆਸਾ ਮਨਸਾ ਦੋ ਨੇ ਹਰਖ ਸੋਗ ਦੋ ਨੇ ਹਰਖੰ ਤਾਂ ਸੋਗੰ ਭੋਗੰ ਤਾਂ ਰੋਗੰ ਭੋਗ ਤੇ ਰੋਗ ਦੋ ਨੇ ਦੋ ਚੀਜ਼ਾਂ ਦੇ ਦਰਮਿਆਨ ਵਿੱਚ ਇਸੇ ਲਈ ਇਹਦਾ ਨਾਂ ਦੁਬਦਾ ਰੱਖਿਆ ਹੋਇਆ ਹੈ ਦੁਬਦਾ ਲਫ਼ਜ਼ ਬਣੇ ਇੱਥੋਂ ਹੀ ਜਿੱਥੇ ਦੋ ਵਿਧੀਆਂ ਹੋਣ ਇੱਕ ਵਿਧੀ ਨਾ ਹੋਵੇ ਮਨੁੱਖ ਦੀ ਇਸੇ ਲਈ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ ਕਹਿਣ ਲੱਗੇ ਇਨ ਦੁਬਦਾ ਘਰ ਬਹੁਤੇ ਗਾਲੇ ਐਸਾ ਕੋਏ ਸਾਰਾ ਜੀਵਨ ਮਨੁੱਖ ਦੁਬਦਾ ਵਿੱਚ ਪਿਆ ਹੋਇਆ ਐਸਾ ਕੋਏ ਜੋ ਦੁਬਦਾ ਮਾਰ ਗਵਾਵੇ ਗੁਰਬਾਣੀ ਨੇ ਆਖਿਆ ਕਿਉਂ ਇਹਦੇ ਕੋਲੋਂ ਡਰ ਕੇ ਹੈ ਕਿਉਂਕਿ ਇਹਦੇ ਦੋ ਵਿਧੀਆਂ ਨੇ ਦੋ ਵਿਧੀਆਂ ਵਿੱਚ ਮਨੁੱਖ ਪਿਸ ਰਿਹਾ ਜਿੱਥੇ ਫੈਸਲਾ ਕੋਈ ਨਹੀਂ ਇੱਕ ਨਾਲ ਜੁੜਦਾ ਨਹੀਂ ਦੁਬਦਾ ਵਿੱਚ ਪਿਆ ਹੋਇਆ ਗੁਰੂ ਨੇ ਆਖ ਦਿੱਤਾ ਕਹਿਣ ਲੱਗੇ ਇਸ ਮਾਰੀ ਬਿਨ ਜਨਮ ਨਾ ਮਿਟੇ ਐਸਾ ਕੋਏ ਜੋ ਦੁਬਦਾ ਮਾਰ ਗਵਾਵੇ ਇਸ ਮਾਰੀ ਬਿਨ ਜਨਮ ਨਾ ਮਿਟੇ ਇਸ ਮਾਰੀ ਬਿਨ ਜਮ ਤੇ ਨਹੀਂ ਛੁੱਟੇ ਇਸ ਮਾਰੀ ਬਿਨ ਗਿਆਨ ਨਾ ਹੋਈ ਇਸ ਮਾਰੀ ਬਿਨ ਝੂਠ ਨਾ ਧੋਈ ਜਦੋਂ ਗਿਆਨ ਹੋ ਜਾਏਗਾ ਫਿਰ ਤਾਂ ਇੱਕ ਚੀਜ਼ ਦਾ ਪਤਾ ਲੱਗ ਜਾਏਗਾ ਨਾ ਤੇ ਦੁਬਦਾ ਵਿੱਚ ਕਦੀ ਗਿਆਨ ਨਹੀਂ ਹੁੰਦਾ ਕਿਉਂਕਿ ਪਤਾ ਨਹੀਂ ਲੱਗਦਾ ਮੈਂ ਕਿੱਥੇ ਖੜਾ ਦੁਬਦਾ 'ਚ ਪੈ ਗਿਆ ਦੁਰਾਏ 'ਤੇ ਆਪ ਪਹੁੰਚਿਆ ਚੁਰਾਏ 'ਤੇ ਆਪ ਪਹੁੰਚਿਆ ਉੱਥੇ ਖਲੋ ਕੇ ਸੋਚੀ ਪੈ ਗਿਆ ਮੇਰਾ ਰਸਤਾ ਕਿਹੜਾ ਹੈ ਹੁਣ ਜਿੰਨੀ ਦੇਰ ਉਹ ਆਪਣਾ ਇੱਕ ਰਸਤਾ ਇੱਕ ਰਾਹ ਪਛਾਣ ਨਹੀਂ ਲੈਂਦਾ ਉਨੀ ਦੇਰ ਖਲੋਤਾ ਦੁਬਦਾ ਵਿੱਚ ਪਿਆ ਹੋਇਆ ਉਹਨੂੰ ਦੁਬਦਾ ਕਹਿੰਦੇ ਨੇ ਚੁਰਾਏ 'ਤੇ ਦੁਰਾਏ 'ਤੇ ਖਲੋਤਾ ਰਸਤੇ ਦੋ ਨਿਕਲਦੇ ਨੇ
ਜਿੰਨੀ ਦੇਰ ਇੱਕ ਰਸਤੇ ਤੇ ਤੁਰਿਆ ਜਾਂਦਾ ਸੀ ਕੋਈ ਦੁਬਦਾ ਨਹੀਂ ਸੀ। ਜਦੋਂ ਦੁਰਾਹੇ ਤੇ ਪਹੁੰਚ ਗਿਆ ਉੱਥੇ ਦੁਬਦਾ ਖੜੀ ਹੋ ਗਈ ਕਿਉਂਕਿ ਰਾਹ ਦੋ ਨੇ। ਗੁਰੂ ਨੇ ਇਸੇ ਲਈ ਬਾਣੀ ਵਿੱਚ ਆਖ ਦਿੱਤਾ ਰਾਹ ਦੋਵੇਂ ਇੱਕ ਜਾਣੇ ਸੋਈ ਸੀ ਜਿਸੀ ਰਾਹ ਦੋ ਨੇ ਆਸਾ ਤੇ ਮਨਸਾ ਹਰਖ ਤੇ ਸੋਗ ਕੁਦਰਤ ਤੇ ਕਾਦਰ ਮਨਮੁਖ ਤੇ ਗੁਰਮੁਖ ਮਨਮਤ ਤੇ ਗੁਰਮਤ ਹਰ ਇੱਕ ਚੀਜ਼ ਦੇ ਦੋ ਹਿੱਸੇ ਬਣ ਗਏ ਤੇ ਮਨੁੱਖ ਨੂੰ ਗਿਆਨ ਨਹੀਂ ਹੋਇਆ ਦੁਬਦਾ ਵਿੱਚ ਪੈ ਗਿਆ। ਜੇ ਗਿਆਨ ਹੋ ਜਾਂਦਾ ਪਤਾ ਲੱਗ ਜਾਂਦਾ ਮੇਰਾ ਰਾਹ ਕਿਹੜਾ ਹੈ। ਗੁਰੂ ਨੇ ਇਸੇ ਲਈ ਕਹਿ ਦਿੱਤਾ ਰਾਹ ਦੋਵੇਂ ਇੱਕ ਜਾਣੇ ਦੋ ਰਾਹ ਹੋਣ ਉਹਨਾਂ ਵਿੱਚੋਂ ਆਪਣਾ ਰਾਹ ਇੱਕ ਪਛਾਣ ਲਵੇ ਦੁਬਦਾ ਤੂੰ ਨਿਕਲੇ। ਰਾਹ ਦੋਵੇਂ ਇੱਕ ਜਾਣੇ ਸੋਈ ਸਿੱਜ ਸੀ ਕੁਫਰ ਗੋ ਕੁਫਰਾਨੇ ਪਾਇਆ ਦੱਜ ਸੀ। ਜਿਹੜਾ ਝੂਠਾ ਹੈ ਝੂਠ ਨਾਲ ਜੁੜਿਆ ਹੋਇਆ ਉਹ ਤਾਂ ਕੁਫਰਾਨੇ ਪੁੱਠੇ ਰਾਹ ਤੁਰੇਗਾ ਅਤੇ ਪੁੱਠਾ ਰਾਹ ਜਿਹੜਾ ਉਸ ਸੱਚੇ ਰਾਹ ਦੇ ਚੰਗੇ ਰਾਹ ਦੇ ਨਾਲ ਹੀ ਖਲੋਤਾ ਹੈ ਇਸੇ ਦਾ ਨਾਂ ਦੁਬਦਾ। ਅਤੇ ਗੁਰੂ ਨੇ ਆਖ ਦਿੱਤਾ ਕਹਿਣ ਲੱਗੇ ਇਸ ਮਾਰੀ ਬਿਨ ਜਨਮ ਨਾ ਮਿਟ ਐਸਾ ਕੋਈ ਜੋ ਦੁਬਦਾ ਮਾਰ ਗਵਾਵੇ ਗਿਆਨ ਨਾ ਹੋਈ ਇਸ ਮਾਰੀ ਬਿਨ ਝੂਠ ਨਾ ਧੋਈ ਇਸ ਮਾਰੀ ਬਿਨ ਸਭ ਕੁਛ ਮਹਿਲਾ ਇਸ ਮਾਰੀ ਬਿਨ ਸਭ ਕੁਛ ਜੌਲਾ। ਅਤੇ ਅਖੀਰ ਦੀ ਤੁਕ ਵਿੱਚ ਕਹਿਣ ਲੱਗੇ ਗੁਰ ਦੁਬਦਾ ਜਾਕੀ ਹੈ ਮਾਰੀ। ਗੁਰੂ ਇਹ ਦੁਬਦਾ ਖਤਮ ਕਰਦਾ ਉਹਨੂੰ ਰਾਹ ਦਿਖਾ ਦਿੰਦਾ ਵੀ ਤੇਰਾ ਰਾਹ ਤਾਂ ਆ ਦੁਬਦੇ ਵਿੱਚ ਨਾ ਪੈ ਤੇ ਨਹੀਂ ਤਾਂ ਦੋ ਪੁੜਾਂ ਵਿੱਚ ਮਨੁੱਖ ਪਿਸ ਰਿਹਾ। ਆ ਪੀੜਾ ਕੀ ਹੈ ਸੰਸਾਰ ਦੀ ਦੁਨੀਆਂ ਦੇ ਹਰ ਜੀਵ ਦੀ ਪੀੜਾ ਵੱਲ ਨਿਗਾਹ ਮਾਰੀਏ ਤਾਂ ਉਹਦਾ ਕਾਰਨ ਕੇਵਲ ਦੁਬਦਾ ਹੈ ਦੋ ਪੁੜ ਨੇ ਇੱਕ ਪੁੜ ਹੋਣਾ ਹੁੰਦਾ ਤੇ ਕੁਛ ਨਾ ਵਿਗੜਦਾ ਹੁਣ ਕਿੱਲੀ ਦੋ ਪੁੜਾਂ ਦੇ ਵਿੱਚ ਇੱਕ ਹੈ ਕਿੱਲੀ ਦੋ ਪੁੜਾਂ ਦੇ ਵਿੱਚ ਇੱਕ ਹੈ ਤੇ ਇਸੇ ਲਈ ਗੁਰੂ ਨੇ ਕਹਿ ਦਿੱਤਾ ਦੋ ਪੁੜ ਚੱਕੀ ਜੋੜ ਕੇ ਪੀਸਣ ਆਏ ਬੈਠ ਜੋ ਦਰ ਰਹੇ ਸੇ ਉਭਰੇ। ਲੋਕ ਆਖਦੇ ਨੇ ਜਿਹੜੇ ਦਾਣੇ ਪੁੜ ਦੇ ਥੱਲਿਓਂ ਨਿਕਲ ਕੇ ਦੁਬਦਾ ਵਿੱਚੋਂ ਨਿਕਲ ਕੇ ਇੱਕ ਕਿੱਲੀ ਨਾਲ ਅੜ ਜਾਂਦੇ ਨੇ ਉੱਥੇ ਰੁਕ ਜਾਂਦੇ ਨੇ ਉਹ ਨਹੀਂ ਪੀਸਦੇ ਦੋ ਘੰਟੇ ਬੇਸ਼ੱਕ ਪੁੜ ਚੱਲਦੇ ਰਹਿਣ ਉਹ ਨਹੀਂ ਪੀਸਦੇ ਕਿਉਂਕਿ ਇੱਕ ਨਾਲ ਜੁੜ ਗਏ ਰਾਹ ਦੋਵੇਂ ਇੱਕ ਜਾਣੇ। ਮਨੁੱਖ ਦੀ ਜੀਵ ਦੀ ਜਿੰਨੀ ਪੀੜਾ ਹੈ ਜਿੱਥੇ ਪੀੜਿਤ ਹੋ ਰਿਹਾ ਹੈ ਉਹ ਹੈ ਦੁਬਦਾ। ਤੇ ਹੁਣ ਇੱਕ ਸਵਾਲ ਹੋਰ ਖੜਾ ਹੋ ਜਾਣਾ ਹੈ ਪੀੜਿਆ ਜਾਂਦਾ ਵੀ ਕਿਉਂ ਹੈ ਪੀੜਿਆ ਕਿਉਂ ਜਾਂਦਾ ਹੈ। ਪੀੜਨ ਵਾਲਾ ਉਹਦੇ ਅੰਦਰਲੀ ਚੀਜ਼ ਨੂੰ ਵੇਖਦਾ ਬਾਹਰ ਕੱਢਣਾ ਚਾਹੁੰਦਾ ਅੰਦਰਲੀ ਚੀਜ਼ ਨੂੰ ਬਾਹਰ ਕੱਢਣਾ ਚਾਹੁੰਦਾ ਕਿਉਂਕਿ ਅੰਦਰ ਅਤੇ ਬਾਹਰ ਦੋ ਚੀਜ਼ਾਂ ਵੱਖਰੀਆਂ ਵੱਖ ਮਨੁੱਖ ਦੇ ਜੀਵਨ ਦਾ ਇੱਕ ਅੰਦਰ ਹੈ ਇੱਕ ਬਾਹਰ ਹੈ। ਮਨੁੱਖ ਜਿਨ ਮਨ ਹੋਰ ਮੁੱਖ ਹੋਰ ਦੋ ਦਿਸ਼ਾ ਵਿੱਚ ਖੜਾ ਹੈ। ਹੁਣ ਅੰਦਰ ਇੱਕ ਜਿਹੜੀ ਚੀਜ਼ ਹੈ ਉਹਦੇ ਵਿੱਚੋਂ ਫਿਰ ਪਛਾਣਨ ਦੀ ਲੋੜ ਹੈ। ਹੁਣ ਸੁੱਖ ਹੀ ਲੈ ਲਓ ਦੁਨੀਆਂ ਦਾ ਹਰ ਮਨੁੱਖ ਸੁੱਖ ਚਾਹੁੰਦਾ ਹੈ ਇਸੇ ਲਈ ਪੀੜਾ ਹੋ ਰਹੀ ਹੈ ਸੁੱਖ ਘੇਤ ਬਹੁਤ ਦੁੱਖ ਪਾਵਤ। ਪਰ ਸੁੱਖ ਇੱਕ ਤਰ੍ਹਾਂ ਦਾ ਨਹੀਂ ਦੁਨੀਆਂ ਦੇ ਹਰ ਮਨੁੱਖ ਦਾ ਸੁੱਖ ਆਪਣਾ ਹੈ। ਜਿਹਦੇ ਕੋਲ ਸੰਤਾਨ ਨਹੀਂ ਉਹ ਸੰਤਾਨ ਮੰਗ ਰਿਹਾ ਹੈ ਉਹ ਸਮਝਦਾ ਵੀ ਇਹਦੇ ਵਿੱਚ ਸੁੱਖ ਹੈ। ਜਿਹਦੇ ਕੋਲ ਦੌਲਤ ਨਹੀਂ ਧਨ ਨਹੀਂ ਗਰੀਬ ਹੈ ਉਹ ਦੌਲਤ ਮੰਗ ਰਿਹਾ ਹੈ ਧਨ ਇਕੱਠਾ ਕਰ ਰਿਹਾ ਉਹਦੇ ਵਿੱਚ ਸੁੱਖ ਸਮਝਦਾ।
ਹੁਣ ਗੁਰਬਾਣੀ ਅੰਦਰ ਵੀ ਦੋ ਤਰ੍ਹਾਂ ਦੇ ਸੁੱਖ ਨੂੰ ਬੜਾ ਸਪਸ਼ਟ ਕੀਤਾ ਗਿਆ। ਹਾਂ ਬਾਬਾ ਕਬੀਰ ਜੀ ਦਾ ਇਸ ਤੋਂ ਪਹਿਲਾਂ ਪਿਛਲਾ ਸਲੋਕ ਪੜ੍ਹੀਏ ਜ਼ਰਾ ਇੱਕ ਐਗਜ਼ਾਮਪਲ ਵਾਸਤੇ, ਉੱਥੇ ਕੀ ਨੇ, ਹਰ ਕਾ ਸਿਮਰਨ ਜੋ ਕਰੇ, ਪਿਛਲਾ ਸਲੋਕ ਸੀ ਕਬੀਰ, ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ, ਉਹ ਸੁਖੀਆ, ਇਹਦਾ ਮਤਲਬ ਸਿਮਰਨ ਸੁਖ ਹੈ। ਪਿਛਲੀ ਵਾਰ ਵੀ ਇੱਕ ਤੁੱਕ ਆਈ ਸੀ, ਸਰਬ ਸੁਖਾ ਹਰ ਹਰ ਗੁਣ ਗਾਏ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਇਹਦਾ ਮਤਲਬ ਸਿਮਰਨ ਸੁਖ ਹੈ। ਹੁਣ ਸਾਰਿਆਂ ਵਾਸਤੇ ਸਿਮਰਨ ਸੁਖ ਨਹੀਂ, ਜੇ ਸਾਰਿਆਂ ਵਾਂਗੂ ਪਤਾ ਲੱਗ ਜਾਏ ਕਿ ਸਿਮਰਨ ਸੁੱਖ ਹੈ ਤਾਂ ਫਿਰ ਤਾਂ ਦੁਨੀਆਂ ਅੰਦਰ ਨਾਸਤਿਕ ਰਹਿਣ ਹੀ ਨਾ, ਝਗੜਾ ਹੀ ਕੋਈ ਨਾ ਰਹਿ ਮਨਮੁਖ ਅਤੇ ਗੁਰਮੁਖ ਦਾ। ਕੁਛ ਉਹ ਲੋਕ ਵੀ ਨੇ ਜਿਹੜੇ ਰੋਗ ਨੂੰ ਸੁੱਖ ਬਣਾਈ ਬੈਠੇ ਨੇ, ਗੁਰੂ ਨੇ ਐਵੇਂ ਨਹੀਂ ਆਖਿਆ, ਦੁੱਖ ਦਾਰੂ ਸੁੱਖ ਰੋਗ ਭਾਇਆ, ਅਤੇ ਹੈਰਾਨ ਹੁੰਦਾ ਗੁਰਬਾਣੀ ਦੀ ਗਹਿਰਾਈਆਂ ਵਿੱਚੋਂ ਕੀ ਕੁਝ ਮਿਲ ਜਾਂਦਾ। ਇਹਦਾ ਮਤਲਬ ਕੁਛ ਲੋਕ ਉਸ ਰੋਗ ਨੂੰ ਵੀ ਸੁੱਖ ਸਮਝੀ ਬੈਠੇ ਨੇ, ਉਹਦਾ ਨਾਂ ਸੁੱਖ ਹੈ ਤੇ ਬਹੁਤ ਦੁੱਖ ਪਾਵਤ ਹੈ, ਕਿਉਂਕਿ ਉਹ ਸੁੱਖ ਰੋਗ ਨੂੰ ਸਮਝੀ ਬੈਠੇ ਨੇ। ਉਹ ਜਿੰਨਾ ਰੋਗ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ, ਜੋ 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 ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ, ਇਹਦਾ ਮਤਲਬ ਉਹ ਸੁੱਖ ਜਿਹੜਾ ਰੋਗ ਹੈ ਉਹ ਬਹੁਤਿਆਂ ਕੋਲ ਹੈ, ਜਿਹੜਾ ਸੁੱਖ ਸਿਮਰਨ ਹੈ ਉਹ ਕਿਸੇ ਕਿਸੇ ਕੋਲ ਹੈ, ਕਿਉਂਕਿ ਹਰ ਇੱਕ ਦੀ ਆਪਣੀ। ਹੁਣ ਕਮਾਦ ਵਿੱਚ ਕਿਉਂ ਪੀੜਿਆ ਜਾ ਰਿਹਾ, ਉਹਦੇ ਵਿੱਚ ਮਿਠਾਸ ਹੈ, ਸਤਿਗੁਰੂ ਨੇ ਵੀ ਬਾਣੀ ਅੰਦਰ ਕਹਿ ਦਿੱਤਾ, ਵੇਖ ਜੇ ਮਿੱਠਾ ਕੱਟਿਆ, ਉਹਨੂੰ ਵੇਖਿਆ ਵੀ ਹੁਣ ਪੱਕ ਗਿਆ, ਇਹਦੇ 'ਚ ਮਿਠਾਸ ਪੈਦਾ ਹੋ ਗਈ ਹੈ, ਕਿਰਸਾਨ ਨੇ ਕਮਾਦ ਕੱਟ ਲਿਆ, ਜਿੰਨਾ ਚਿਰ ਉਹਦੇ 'ਚ ਮਿਠਾਸ ਨਹੀਂ ਸੀ ਪੈਦਾ ਹੋਈ, ਅਜੇ ਕੱਚਾ ਸੀ ਉਹ ਕੱਟਿਆ ਵੀ ਨਹੀਂ ਸੀ, ਹੈ ਮਿਠਾਸ ਵੀ ਪੀੜਤਾ ਦਾ ਪੀੜਾ ਦਾ ਕੰਮ ਬਣਿਆ। ਦੇਖੋ ਬਾਣੀ ਨੂੰ ਜਿੰਨਾ ਗਹਿਰਾਈ ਨਾਲ ਪੜਾਂਗੇ ਅਸੀਂ ਸਾਨੂੰ ਸਵਾਦ ਆਏ, ਇਹਦਾ ਮਤਲਬ ਮਿਠਾਸ ਵੀ ਉਹਦੇ ਲਈ ਦੁੱਖ ਪੈਦਾ ਕਰ ਰਹੀ ਹੈ। ਸਤਿਗੁਰੂ ਨੇ ਬਾਣੀ ਅੰਦਰ ਇੱਕ ਫੈਸਲਾ ਦਿੱਤਾ, ਕਹਿਣ ਲੱਗੇ ਮਿਠਾਸ ਵੀ ਇੱਕ ਤਰ੍ਹਾਂ ਦੀ ਨਹੀਂ, ਹਰ ਇੱਕ ਦੀ ਆਪਣੀ ਆਪਣੀ, ਕਿਸੇ ਨੂੰ ਕੋਈ ਚੀਜ਼ ਮਿੱਠੀ ਲੱਗਦੀ ਹੈ, ਕਿਸੇ ਨੂੰ ਕੋਈ ਚੀਜ਼ ਮਿੱਠੀ ਲੱਗਦੀ ਹੈ। ਇਸ ਲਈ ਬਾਣੀ ਅੰਦਰ ਦੋਨੋਂ ਚੀਜ਼ਾਂ ਆ ਗਈਆਂ, ਇੱਕ ਪਾਸੇ ਇਹ ਵੀ ਕਹਿ ਦਿੱਤਾ ਕਿ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ, ਮਿੱਠੇ ਹਰ ਗੁਣ ਗਾਓ, ਗੁਰਬਾਣੀ ਸਦ ਮਿੱਠੀ ਲੱਗੀ, ਇਹ ਵੀ ਬਾਣੀ, ਇਹ ਵੀ ਮਿੱਠਾ ਮਿਠਾਸ ਹੈ। ਸਤਿਗੁਰੂ ਨੇ ਬਾਣੀ ਵਿੱਚ ਕਹਿ ਦਿੱਤਾ, ਕਹਿਣ ਲੱਗੇ ਮੈਂ ਦੇਖਦਾ ਕਿ ਬੜੀਆਂ ਕੋਸ਼ਿਸ਼ ਬੜੀਆਂ ਮਿੱਠੀਆਂ ਚੀਜ਼ਾਂ ਖਾਧੀਆਂ ਨੇ, ਪਰ ਇਹ ਚੀਜ਼ਾਂ ਜਿਹੜੀ ਮਿਠਾਸ ਬਾਣੀ ਵਿੱਚ ਹੈ ਸਿਮਰਨ ਵਿੱਚ ਹੈ ਉਹ ਕਿਤੇ ਨਹੀਂ। ਬਾਬਾ ਫਰੀਦ ਨੇ ਵੀ ਆਖ ਦਿੱਤਾ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਹੈਂ ਪਰ ਦੂਜੇ ਪਾਸੇ ਇੱਕ ਹੋਰ ਵੀ ਮਿਠਾਸ ਹੈ, ਜੇ ਇਹੋ ਹੀ ਮਿਠਾਸ ਸਾਰਿਆਂ ਨੂੰ ਮਿੱਠੀ ਲੱਗਦੀ ਤਾਂ ਸਾਰੇ ਰੱਬ ਨਾਲ ਜੁੜ ਜਾਂਦੇ। ਹੁਣ ਕੁਛ ਲੋਕ ਉਹ ਵੀ ਨੇ ਜਿਨ੍ਹਾਂ ਨੂੰ ਇਹ ਮਿਠਾਸ ਮਿੱਠੀ ਨਹੀਂ, ਉਹਨਾਂ ਲਈ ਹੋਰ ਮਿਠਾਸ ਹੈ। ਸਤਿਗੁਰੂ ਨੇ ਬਾਣੀ ਵਿੱਚ ਉਹਨਾਂ ਦੀ ਮਿਠਾਸ ਦਾ ਵੀ ਜ਼ਿਕਰ ਕਰ ਦਿੱਤਾ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸੋਗ, ਸ਼ੱਕਰ ਖੰਡ ਮਾਇਆ ਤਨ ਮਿੱਠੀ, ਉਹ ਮਾਇਆ ਜਿਹੜੀ ਹੈ ਉਹ ਦੌਲਤ ਦੇ ਜਿਹੜੇ ਸੰਸਾਰ ਦੇ ਸੁੱਖ ਨੇ ਉਹ ਉਹਨੂੰ ਸ਼ੱਕਰ ਨਾਲੋਂ ਖੰਡ ਨਾਲੋਂ ਮਿੱਠੇ ਲੱਗਦੇ ਨੇ। ਮਿੱਠੀ ਕਰ ਕਰ ਵਿਖਿਆ ਖਾਏ,
ਗੁਰਬਾਣੀ ਅੰਦਰ ਉਹਨੂੰ ਜ਼ਹਿਰ ਵੀ ਮਿੱਠੀ ਲੱਗ ਰਹੀ ਹੈ। ਦੇਖੋ ਹਰ ਇੱਕ ਚੀਜ਼ ਦੀ, ਹਰ ਇੱਕ ਵਸਤੂ ਦੀ ਉਹਦੀ ਸੋਚ ਦੇ ਮੁਤਾਬਕ ਉਹਦੀ ਮਿਠਾਸ ਵੱਖਰੀ ਹੈ। ਹੁਣ ਕਮਾਦ ਮਿਠਾਸ ਕਰਕੇ ਪੀੜਿਆ ਜਾ ਰਿਹਾ ਹੈ, ਜੇ ਉਹਦੇ ਅੰਦਰ ਮਿਠਾਸ ਨਾ ਹੁੰਦੀ ਕਿਸੇ ਨੂੰ ਉਹਨੂੰ ਕਮਾਦ ਪੀੜਨ ਦੀ ਕੀ ਲੋੜ ਸੀ। ਕਮਾਦ ਪੀੜਿਆ, ਉਹਦੇ ਵਿੱਚ ਰਸ ਕੱਢ ਲਿਆ, ਰਸ ਫਿਰ ਮਿਠਾਸ ਅਤੇ ਪਾਣੀ ਦਾ ਮਿਕਸਅਪ ਹੈ, ਫਿਰ ਉਹਨੂੰ ਕੜਾਹੀ ਵਿੱਚ ਪਾਇਆ ਤਾਂ ਕਿ ਪਾਣੀ ਪਾਣੀ ਸੁੱਕ ਜਾਏ, ਇਹਦੇ ਵਿੱਚੋਂ ਸ਼ੱਕਰ ਗੁੜ ਨਿਕਲ ਆਵੇ। ਮਿਠਾਸ ਮਨੁੱਖ ਚਾਹੁੰਦਾ ਸੀ, ਪਰ ਗੁੜ ਦੀ ਵੱਖਰੀ ਵੱਖਰੀ ਮਿਠਾਸ ਹੈ। ਹਰ ਮਿਠਾਸ ਦਾ ਆਪਣਾ ਕੰਮ ਹੈ। ਸਤਿਗੁਰੂ ਨੇ ਬਾਣੀ ਵਿੱਚ ਕਿਉਂ ਆਖ ਦਿੱਤਾ, ਕਹਿਣ ਲੱਗੇ ਇੱਕ ਗੁੜ ਦੀ ਮਿਠਾਸ ਹੈ ਉਹਦੇ 'ਤੇ ਮਨਮੁੱਖ ਲੱਗ ਮਾਖੀ ਪਚੇ ਪਚਾਏ। ਸ਼ੱਕਰ ਖੰਡ ਮਾਇਆ ਤਨ ਮਿੱਠੀ, ਲੱਗ ਮਾਖੀ ਪਚੇ ਪਚਾਏ। ਜਿਹਦੇ ਨਾਲ ਮੱਖੀ ਆ ਕੇ ਜੁੜ ਕੇ ਖਤਮ ਹੋ ਜਾਂਦੀ। ਪਰ ਕਿਹੜੀ ਅਜੀਬ ਗੱਲ ਹੈ, ਇੱਕ ਸ਼ਹਿਦ ਵਿੱਚ ਵੀ ਮਿਠਾਸ ਹੈ, ਸ਼ਹਿਦ ਵਿੱਚ ਵੀ ਮਿਠਾਸ ਹੈ। ਉਹੋ ਹੀ ਮੱਖੀ ਸ਼ਹਿਦ ਵਿੱਚ ਡੁੱਬ ਕੇ ਵੀ ਨਹੀਂ ਮਰਦੀ। ਮੈਨੂੰ ਅਜੇ ਤੱਕ ਯਾਦ ਹੈ ਜਿਹੜੇ ਸ਼ਹਿਦ ਵੇਚਣ ਵਾਲੇ ਪਿੰਡਾਂ ਤੋਂ ਆਉਂਦੇ ਸਨ ਨਾ, ਉਹ ਨਿਸ਼ਾਨੀ ਇਹ ਦੱਸਦੇ ਸਨ ਫੜ ਕੇ, ਕਿਉਂਕਿ ਮੱਖੀਆਂ ਨੇੜੇ ਤਾਂ ਹੁੰਦੀਆਂ ਸਨ, ਉਹ ਫੜ ਕੇ ਮੱਖੀ ਨੂੰ ਉਸ ਸ਼ਹਿਦ ਦੇ ਕੁੰਨੇ ਵਿੱਚ ਡੋਬ ਦਿੰਦੇ ਸਨ। ਉਹ ਮਿੰਟ ਅੱਧ ਮਿੰਟ ਬਾਅਦ ਉਸੇ ਤਰ੍ਹਾਂ ਬਾਹਰ ਨਿਕਲ ਆਉਂਦੀ ਸੀ। ਉਹ ਕਹਿੰਦੇ ਸਨ ਨਿਸ਼ਾਨੀ ਇਹ ਹੈ, ਸ਼ਹਿਦ ਵਿੱਚ ਮੱਖੀ ਮਰਦੀ ਨਹੀਂ। ਹੁਣ ਮਿਠਾਸ ਗੁੜ ਵਿੱਚ ਵੀ ਹੈ, ਮਿਠਾਸ ਸ਼ਹਿਦ ਵਿੱਚ ਹੀ। ਇਹਦਾ ਮਤਲਬ ਮਿਠਾਸ ਮਿਠਾਸ ਵੱਖਰੀ ਹੈ। ਸਤਿਗੁਰੂ ਨੇ ਬਾਣੀ ਵਿੱਚ ਕਿਉਂ ਕਹਿ ਦਿੱਤਾ, ਕਹਿਣ ਲੱਗੇ ਮਾਇਆ ਤਨ ਮਿੱਠੀ ਕਿਵੇਂ ਹੈ, ਨਾ ਸੁਣੀਏ ਨਾ ਮੁੱਖ 'ਤੇ ਬਕੀਏ, ਨਾ ਮੋਹ ਹੈ ਉਹ ਡੀਠੀ, ਨਾ ਉਹਦੀ ਆਵਾਜ਼ ਸੁਣੀ ਦੀ ਪਤਾ ਨਹੀਂ ਕਦ ਕਿਵੇਂ ਅਸਰ ਕਰ ਜਾਂਦੀ, ਨਾ ਉਹ ਮੂੰਹੋਂ ਬੋਲਦੀ ਹੈ, ਨਾ ਉਹ ਦਿਸਦੀ ਹੈ, ਨਾ ਸੁਣੀਏ ਨਾ ਮੁੱਖ 'ਤੇ ਬਕੀਏ, ਨਾ ਮੋਹੇ ਉਹ ਡੀਠੀ। ਐਸੀ ਠਗੌਰੀ ਪਾਏ ਬੁਲਾਵੇ, ਉਹ ਇਹੋ ਜਿਹੀ ਠੱਗੀ ਕਰਦੀ ਹੈ ਕਿ ਹਰ ਇੱਕ ਨੂੰ ਮਿੱਠੀ ਲੱਗਦੀ ਹੈ। ਹੁਣ ਉਹ ਵੀ ਮਿਠਾਸ ਹੈ, ਨਾ ਸੁਣੀਏ ਨਾ ਮੁੱਖ 'ਤੇ ਬਕੀਏ, ਨਾ ਮੋਹੇ ਉਹ ਡੀਠੀ। ਐਸੀ ਠਗੌਰੀ ਪਾਏ ਬੁਲਾਵੇ, ਮਨ ਸਭ ਕੇ ਲਾਗੇ ਮਿੱਠੀ। ਇਹਦਾ ਮਤਲਬ ਹਰ ਇੱਕ ਦਾ ਸੁੱਖ ਵੱਖਰਾ ਹੈ, ਹਰ ਇੱਕ ਦਾ ਦੁੱਖ ਵੱਖਰਾ ਹੈ, ਹਰ ਇੱਕ ਦੀ ਮਿਠਾਸ ਵੱਖਰੀ ਹੈ। ਪਰ ਦੇਖਣਾ ਇਹ ਹੈ ਜਿਨ੍ਹਾਂ ਨੂੰ ਪੀੜਿਆ ਜਾ ਰਿਹਾ ਹੈ ਉਹਨਾਂ ਦਾ ਇੱਕ ਕੰਮ ਸਾਂਝਾ ਹੈ, ਵੀ ਅੰਦਰ ਕੋਈ ਚੀਜ਼ ਬੈਠੀ ਹੈ ਉਹਨੂੰ ਬਾਹਰ ਕੱਢਣਾ। ਉਹ ਅੰਦਰ ਸੁੱਖ ਕਿਹੜਾ ਬੈਠਾ ਹੈ, ਮਿਠਾਸ ਕਿਹੜੀ ਬੈਠੀ ਹੈ, ਇੱਕ ਵੱਖਰਾ ਵਿਸ਼ਾ, ਉਹ ਹਰ ਇੱਕ ਦਾ ਆਪਣਾ ਆਪਣਾ ਹੈ, ਪਰ ਬੈਠਾ ਹੈ। ਹੁਣ ਕਮਾਦ ਨੂੰ ਪੀੜਿਆ ਜਾ ਰਿਹਾ ਕਿਉਂਕਿ ਉਹਦੇ ਅੰਦਰ ਮਿਠਾਸ ਬੈਠੀ ਹੈ। ਤਿਲਾਂ ਨੂੰ ਪੀੜਿਆ ਜਾ ਰਿਹਾ ਕਿਉਂਕਿ ਉਹਦੇ ਅੰਦਰ ਆਇਲ ਤੇਲ ਬੈਠਾ ਹੈ, ਉਹਨੂੰ ਬਾਹਰ ਕੱਢਣਾ। ਹਾਲਾਂਕਿ ਜਿੰਨੀ ਦੇਰ ਕੱਚਾ ਹੈ ਤਿਲ, ਜਿੰਨੀ ਦੇਰ ਕੱਚੀ ਹੈ ਸਰਸੋਂ, ਉਨੀ ਦੇਰ ਉਹਦੇ ਵਿੱਚੋਂ ਤੇਲ ਨਹੀਂ ਨਿਕਲਣਾ, ਨਾ ਖਲ ਬਣਨੀ। ਗੁਰਬਾਣੀ ਨੇ ਕਹਿ ਦਿੱਤਾ, ਕਹਿਣ ਲੱਗੇ ਕਾਚੀ ਸਰਸੋਂ ਪੇਲ ਕੇ ਨਾ ਖਲ ਪਈ ਨਾ ਤੇਲ। ਜੇ ਕੱਚੀ ਸਰੋਂ ਨੂੰ ਪੀੜਾਂਗੇ, ਕੋਲੂ ਵਿੱਚ ਪਾਵਾਂਗੇ, ਨਾ ਉਹਦੇ ਵਿੱਚੋਂ ਤੇਲ ਮਿਲਣਾ ਨਾ ਖਲ ਬਣਨੀ। ਜਦੋਂ ਤੇਲ ਪੈਦਾ ਹੋ ਜਾਣਾ ਹੈ ਅੰਦਰ, ਤਾਂ ਫਿਰ ਅੰਦਰਲੀ ਚੀਜ਼ ਨੂੰ ਬਾਹਰ ਕੱਢਣ ਵਾਸਤੇ ਕਿਸੇ ਨੇ ਉਸਨੂੰ ਪੀੜਨਾ ਹੈ।
ਅੰਦਰਲੀ ਚੀਜ਼ ਨੂੰ ਬਾਹਰ ਕੱਢਣ ਵਾਸਤੇ। ਕਪਾਹ ਦੀ ਵੀ ਇਹੋ ਹਾਲਤ ਹੈ, ਕਪਾਹ ਉੱਪਰੋਂ ਬੜੀ ਨਰਮ ਹੈ, ਰੂਈ ਹੈ, ਪਰ ਉਹਦੇ ਅੰਦਰ ਇੱਕ ਵੜੇਵਾਂ ਬੈਠਾ ਹੈ। ਖੌਰੇ ਪੰਜਾਬ ਦੀ ਬੋਲੀ ਵਿੱਚ ਮੈਂ ਬੋਲ ਰਿਹਾ, ਬਜ਼ੁਰਗਾਂ ਨੂੰ ਪਤਾ ਹੋਵੇਗਾ, ਕਪਾਹ 'ਚ ਵੜੇਵੇਂ ਹੁੰਦੇ ਨੇ। ਵੜੇਵਾਂ ਕਠੋਰ ਹੁੰਦਾ ਹੈ, ਸਖਤ ਹੁੰਦਾ ਹੈ। ਪਹਿਲਾਂ ਕਪਾਹ ਨੂੰ ਵੇਲਦੇ ਕਿਉਂ ਨੇ? ਇਸ ਲਈ ਕਿਉਂਕਿ ਇਹਦੇ 'ਚੋਂ ਵੜੇਵੇਂ ਅੰਦਰੋਂ ਕੱਢ ਦਿੱਤੇ ਜਾਣ, ਅੰਦਰਲਾ ਕੁਝ ਬਾਹਰ ਕੱਢਣਾ। ਕਹਿਣ ਲੱਗੇ, ਦੇਖ ਕਪਾਹੇ ਜੇ ਥੀਆ ਜੇ ਸਿਰ ਥੀਆ ਤੈਲਾ, ਕਪਾਹ ਨਾਲ ਵੇਖ ਕੀ ਹੋਇਆ? ਕਿਉਂ? ਕਿਉਂਕਿ ਉਹਨੇ ਅੰਦਰ ਵੜੇਵੇਂ ਸੰਭਾਲ ਕੇ ਰੱਖੇ ਹੋਏ ਸਨ, ਉਹ ਅੰਦਰਲੇ ਵੜੇਵੇਂ ਬਾਹਰ ਕੱਢਣੇ ਜ਼ਰੂਰੀ ਨੇ। ਇਸ ਲਈ ਕਪਾਹ ਨੂੰ ਵੇਲਿਆ ਜਾ ਰਿਹਾ ਹੈ, ਉਹ ਵੀ ਵੇਲਣੇ ਵਿੱਚੋਂ ਨਿਕਲ ਰਹੇ ਨੇ। ਹੁਣ ਤਿਲ ਜਿਹੜੇ ਨੇ ਉਹਨਾਂ, ਉਹ ਅੰਦਰ ਤੇਲ ਸੰਭਾਲ ਕੇ ਬੈਠੇ ਨੇ, ਉਹਨਾਂ ਦਾ ਤੇਲ ਬਾਹਰ ਕੱਢਣਾ, ਇਸ ਲਈ ਉਹਨਾਂ ਨੂੰ ਵੇਲਿਆ ਜਾ ਰਿਹਾ। ਪਰ ਇੱਕ ਖਿਆਲ ਕਰਿਓ, ਜਿਸ ਦਿਨ ਤੇਲ ਨਿਕਲ ਜਾਏ, ਜਿਸ ਉਸ ਦਿਨ ਖਲ ਵਾ ਕੇ ਫਿਰ ਵੀ ਮੁੜ ਕੇ ਉਹਨੂੰ ਕੁਤੇ ਪੀੜਦਾ, ਜਿਸ ਦਿਨ ਗੰਨੇ ਵਿੱਚੋਂ ਰੋਹ ਨਿਕਲ ਜਾਏ, ਉਸ ਤੋਂ ਬਾਅਦ ਵੀ ਗੰਨੇ ਨੂੰ ਕੋਈ ਪੀੜਦਾ? ਹੁਣ ਇੱਥੇ ਮੈਂ ਰੁਕਣਾ ਚਾਹੁੰਦਾ ਬਾਬਾ ਕਬੀਰ ਜੀ ਦੇ ਅੱਜ ਦੇ ਸਲੋਕ 'ਤੇ। ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਕਹਾਣੀ ਪੀੜਤੇ ਕਬੀਰ, ਕਹਾਣੀ ਪੀੜਤੇ ਸਤਿਗੁਰ ਲਈਏ ਛਡਾਏ। ਸਤਿਗੁਰੂ ਨੇ ਪੀੜੇ ਜਾਂਦੇ ਜੀਵ ਨੂੰ, ਪੀੜਾ ਦੇ ਦੁੱਖਾਂ ਵਿੱਚ ਪੀੜੇ ਜਾਂਦੇ ਜੀਵ ਨੂੰ ਛੁਡਾਉਣ ਦੇ ਲਈ ਆਖਿਆ, ਇਹਦੇ ਅੰਦਰੋਂ ਜਿਹੜੀ ਅੰਦਰਲੀ ਚੀਜ਼ ਹੈ ਨਾ, ਅੰਦਰ ਜਿਹਦੇ ਪਿੱਛੇ ਪੀੜਿਆ ਜਾ ਰਿਹਾ, ਉਹ ਕੱਢ ਦੇ। ਉਹ ਕੀ ਹੈ? ਅੰਤਰ ਕਪਟ ਮੁੱਖ ਗਿਆਨੀ। ਅੰਦਰ ਕਪਟ ਹੈ, ਮੁੱਖੋਂ ਗਿਆਨ ਦੀਆਂ ਗੱਲਾਂ ਕਰਦਾ ਹੈ। ਝੂਠੇ ਕਹਾਂ ਬਲੋਸ ਪਾਣੀ, ਕਾਇਆ ਮਾਂਜਸ ਕੌਣ ਗੁਣਾ, ਜੈ ਘੱਟ ਪੀਤਰ ਹੈ ਮਲਣਾ। ਲੋਕੀ 68 ਤੀਰਥ ਨਾਈ, ਕੌਰਾ ਪਣ ਤਊ ਨ ਜਾਈ। ਅੰਦਰ ਜੋ ਚੀਜ਼ ਹੈ ਉਹਨੂੰ ਬਾਹਰ ਕੱਢਣ ਦੀ ਲੋੜ ਪੈਣੀ ਹੈ। ਜਿਹੜੀ ਚੀਜ਼ ਅੰਦਰ ਹੈ, ਤੇ ਗੁਰੂ ਕਹਿੰਦੇ ਨੇ ਤਿਲਾਂ ਦੇ ਖੇਤ ਵਿੱਚ ਵੀ ਜਿਹੜਾ ਬੁਆੜ ਦਾ ਬੂਟਾ ਹੈ ਨਾ, ਉਹ ਗੁਰੂ ਨਾਲ ਸੰਬੰਧ ਨਹੀਂ ਰੱਖਦਾ, ਫਿਰ ਉਹਨੂੰ ਕੌਣ ਤਿਲਾਂ ਦੇ ਬਰਾਬਰ ਕੱਢੇਗਾ ਬਾਹਰ? ਤਿਲਾਂ 'ਚੋਂ ਤੇਲ ਕੱਢਣਾ। ਬੁਆੜ ਦਾ ਬੂਟਾ ਗੁਰੂ ਨਾਲ ਸੰਬੰਧ। ਆਪਾਂ ਆਸਾ ਦੀ ਵਾਰ ਦੇ ਆਖਰੀ ਸਲੋਕ ਵਿੱਚ ਬੜੀ ਖੂਬਸੂਰਤ ਪਹਿਲੀ 'ਚ ਦੇਖਦੇ ਹਾਂ, ਆਖਰੀ ਪੌੜੀ 'ਚ, ਪੌੜੀ ਦੇ ਨਾਲ ਨਾਲ ਦੇ ਸਲੋਕ ਵਿੱਚ ਕਹਿੰਦੇ, ਨਾਨਕ ਗੁਰੂ ਨਾ ਚੇਤਨੀ, ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਗੁਰੂ ਨਾਲ ਜੁੜਦਾ ਨਹੀਂ। ਇੱਥੇ ਵੀ ਇੱਕ ਲਫ਼ਜ਼ ਜ਼ਰੂਰ ਨੇ, ਚੰਗੀ ਤਰ੍ਹਾਂ ਸਮਝਣੇ ਨੇ। ਜਿੱਥੇ ਇਹ ਗੱਲ ਆਖੀ ਹੈ ਨਾ ਕਿ ਕਹਾਣੀ ਪੀੜਤੇ ਸਤਿਗੁਰ ਲਈਏ ਛਡਾਏ, ਗੁਰੂ ਨੇ ਛੁਡਾ ਲਏ, ਪਰ ਨਾਲ ਹੀ ਅਗਲੀ ਗੱਲ ਕਹਿਤੀ, ਕਿਵੇਂ ਛੁਡਾਏ ਜੇ ਗੁਰੂ ਨਾਲ ਉਹਨਾਂ ਦੀ ਪ੍ਰੀਤ ਹੀ ਨਾ, ਭਰੋਸਾ ਹੀ ਨਾ, ਵਿਸ਼ਵਾਸ ਵੀ ਨਾ, ਪ੍ਰਤੀਤ ਹੀ ਨਾ, ਭਾਵਨਾ ਹੀ ਨਾ ਹੁੰਦੀ, ਤਾਂ ਕਿਵੇਂ ਛੁਡਾਉਂਦਾ? ਇਸੇ ਲਈ ਕਹਿ ਦਿੱਤਾ, ਅਗਲੀ ਤੁਕ ਅੰਦਰ ਭਰਾ ਪੂਰਬਲੀ ਭਾਵਨੀ ਪ੍ਰਗਟ ਹੋਈ ਆਏ। ਪਹਿਲਾਂ ਗੁਰੂ 'ਤੇ ਪ੍ਰਤੀਤ ਹੋਵੇ ਤੇਰੀ, ਗੁਰੂ ਅੱਗੇ ਤੂੰ ਆਪਾਂ ਸਮਰਪਣ ਕਰੇ, ਫਿਰ ਉਹ ਤਿਲਾਂ ਵਾਂਗੂੰ ਤੇਰੇ ਅੰਦਰੋਂ ਤੇਲ ਕੱਢ ਕੇ ਵੱਖ ਕਰਕੇ ਤੈਨੂੰ ਹਮੇਸ਼ਾ ਲਈ ਪੀੜਤਾ ਤੋਂ, ਪੀੜਾ ਤੋਂ ਬਚਾਏ। ਅੰਦਰਲੀ ਚੀਜ਼ ਤਾਂ ਬਾਹਰ ਕੱਢਦੀ ਹੈ। ਜਿਸ ਦਿਨ ਵੜੇਵੇਂ ਵੱਖ ਕਰ ਲੈ, ਫਿਰ ਕਿੰਨੇ ਇੱਕ ਕਪਾਹ ਨੂੰ ਵੇਲਣੇ 'ਚੋਂ ਕੱਢਣਾ? ਜਿਸ ਦਿਨ ਤਿਲਾਂ ਵਿੱਚੋਂ ਤੇਲ ਵੱਖ ਕਰ ਦਿੱਤਾ, ਉਸ ਤੋਂ ਬਾਅਦ ਕਿੰਨੇ ਤਿਲਾਂ ਨੂੰ ਫਿਰ? ਸਤਿਗੁਰੂ ਨੇ ਬਾਣੀ ਵਿੱਚ ਐਵੇਂ ਨਹੀਂ ਆਖ ਦਿੱਤਾ, ਕਹਿਣ ਲੱਗੇ ਨਾਨਕ ਗੁਰੂ ਨਾ ਚੇਤਨੀ,
मन अपने सुचेत छुट्टे तिल बुआड़ ज्यों सुन्ये अंदर खेत वो बुआड़ नू छाड़ दिंदा कहिंदा नहीं आंदा मेरे नाल कोई मैं इन दे विचों की कढ़ना ते ओ फिर कढ़दा है अंदरों वड़ेवें सतगुरु ने बाणी विच इसलिए एक गल आख दित्ती बार बार समझाण लई कहन लगे मैं देखदा की हां हिरदय अंत हिरदय जिनके कपट वसै गुरबाणी है अंदर कपट लई बैठा है बाहर चोला पाया है भेख बनाया है साधा वाला संता वाला अंदर कपट लई बैठा एहो जे मनुख जिहड़े ने गुरु कहिंदे ने जरूर पीड़े जांदे ने क्योंकि अंदरों तत्ता ही निकलता है जदों पीड़ता होएगी पीड़ा होएगी एवें नहीं दुख दारू कहा गया क्योंकि वो जदों पीड़ा दुख होएगा तो वह द्वार दारू बनेगा अंदरली चीज बाहर निकलेगी भावें अंदर हौमें बैठी है भावें काम क्रोध लोभ मोह अहंकार बैठा है भावें संसार अंदर अभिमान बैठा है अंदर बुराइयां जिन्ने पाप बैठे ने उन्होंने बाहर बड़ेवें वागू कढ़न वास्ते वेलने दुख रूप वेलने की लोड़ है इसलिए कह दिता दुख दारू सुख रोग भया ते गुरु ने आवाज दिती कहन लगे हृदय जिनके कपट वसै मुखों बारों संत कहा है गुरबाणी है हृदय जिनके कपट वसै बारों संत कहा है कहन लगे उन्हां दी तृष्णा उन्हां दी संसार दे सुखां दी चाहत खत्म नहीं होंदी ओह तां बड़े में कढ़णे ही पैणगे ते जदों गुरु कोल आएगा गुरु ते प्रतीत बने पैदा करेगा विश्वास पैदा करेगा गुरु नाल जुड़ेगा फिर ओ अंदरले पाप कढ के पवित्र ते निर्मल करेगा एहो है उस पीड़ता विच्चों निकलिया होया रिजल्ट जिहड़ा बाबा कबीर जी ने आख्या कहन लगे सतगुर लिए छुड़ा कबीर कानी पीड़ते कबीर कानी पीड़ते सतगुर लिए छोड़ा सतगुर लिए छोड़ा परा पूर्वली भावनी परा पूर्वली भावनी प्रगट होई प्रगट होई सतगुर लिए छोड़ा कभी सतगुर लिए छोड़ा